ਜਦੋਂ ਮੈਂ ਪ੍ਰੀਮੀਅਰ ਬਣਿਆ ਉਦੋਂ ਸਾਡੀ ਪਾਰਟੀ ਦੇ ਹਾਲਾਤ ਬਹੁਤ ਭੈੜੇ ਸੀ। ਅਸੀਂ 11-12% 'ਤੇ ਸਾਡੀ ਪਾਰਟੀ ਦੀ ਅਪਰੂਵਲ ਸੀ ਅਤੇ ਮੈਂ ਰਨ ਨਹੀਂ ਸੀ ਕਰਨਾ ਚਾਹੁੰਦਾ। ਤੁਸੀਂ ਬਾਇਓਗ੍ਰਾਫੀ ਲਿਖੀ ਉਹ 'ਤੇ ਕਈ ਤੁਹਾਡੇ ਆਪਣੇ ਜਾਣਨ ਪਛਾਣਨ ਵਾਲੇ ਨਾਰਾਜ਼ ਹੋ ਗਏ। ਕਈ ਬੰਦਿਆਂ ਦੇ ਬਾਰੇ ਜਿਹੜੀ ਜ਼ਿੰਦਗੀ ਦੀ ਸੱਚਾਈ ਆ ਉਹ ਲੋਕਾਂ ਨੂੰ ਨਹੀਂ ਪਤਾ ਅਤੇ ਮੈਂ ਮਹਿਸੂਸ ਕਰਦਾ ਉਹ ਸੱਚਾਈ ਨੋਟ ਕਰਨੀ ਜ਼ਰੂਰੀ ਆ, ਉਹਦੇ ਬਾਰੇ ਲਿਖਣਾ ਜ਼ਰੂਰੀ ਹੈ। ਜੋ ਕੁਛ ਗੁਜਰਾਤ 'ਚ ਹੋਇਆ ਜਾਂ ਦਿੱਲੀ ਵਾਲੇ ਸ਼ਹਿਰਾਂ 'ਚ ਹੋਇਆ ਸਿੱਖਾਂ ਨਾਲ ਜਾਂ ਗੁਜਰਾਤ 'ਚ ਹੋਇਆ ਮੁਸਲਮਾਨਾਂ ਨਾਲ, ਉਹ ਬਿਲਕੁਲ ਹੀ ਬਹੁਤ ਭੈੜੀ ਚੀਜ਼ ਹੈ। ਕੈਨੇਡਾ ਦੇ 150 ਸਾਲ ਦੇ ਇਤਿਹਾਸ ਵਿੱਚ ਪੰਜਾਬੀਆਂ ਦੇ ਖਾਸ ਯੋਗਦਾਨ ਤੇ ਖਾਸ ਪ੍ਰੋਗਰਾਮ ਇਤਿਹਾਸ ਪੰਜਾਬੀਆਂ ਦਾ ਸ਼ਨੀਵਾਰ ਸ਼ਾਮ 6:30 ਵਜੇ ਸਿਰਫ PTC ਨਿਊਜ਼ 'ਤੇ।